ਸ੍ਰੀ ਅਕਾਲ ਦੋਸਤੋ, ਪਹਿਲਾਂ ਤਾਂ ਸਾਡੇ ਯੂਟਿਊਬ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਅਤੇ ਜਿਹੜਾ ਤੁਸੀਂ ਸੌਂਗ ਰਿਲੀਜ਼ਿੰਗ ਪੋਸਟਰ ਤੁਸੀਂ ਸਕਰੀਨ 'ਤੇ ਦੇਖ ਰਹੇ ਹੋ, ਜਿਹੜਾ ਕਿ ਸੁੱਖੀ ਅਤੇ ਜੀ ਖਾਨ ਦਾ ਨਵਾਂ ਗਾਣਾ ਰਿਲੀਜ਼ ਹੋਇਆ, ਉਸ ਤਰ੍ਹਾਂ ਦਾ ਪੋਸਟਰ ਤੁਸੀਂ ਆਪਣੇ ਫੋਨ ਵਿੱਚ ਕਿੱਦਾਂ ਤਿਆਰ ਕਰਨਾ, ਅੱਜ ਮੈਂ ਤੁਹਾਨੂੰ ਦੱਸਾਂਗਾ। ਅਤੇ ਜਿਨ੍ਹਾਂ ਨੇ ਸਾਡਾ ਯੂਟਿਊਬ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਉਹ ਪਹਿਲਾਂ ਤਾਂ ਸਬਸਕ੍ਰਾਈਬ ਕਰ ਲੈਣ ਅਤੇ ਨਾਲ ਹੀ ਘੰਟੀ 'ਤੇ ਬੜੇ ਇੱਕ ਕਰ ਦੇਣ, ਤਾਂ ਜੋ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ। ਸਭ ਤੋਂ ਪਹਿਲਾਂ ਵੀਡੀਓ ਪੂਰੀ ਦੇਖਣਾ, ਸਭ ਤੋਂ ਪਹਿਲਾਂ ਤੁਸੀਂ ਪਿੱਕਡ ਐਪਲੀਕੇਸ਼ਨ ਉੱਪਰ ਕਰਨਾ, ਬਾਅਦ ਵਾਈਟ ਬੈਕਗਰਾਉਂਡ ਲੈ ਲੈਣਾ। ਉਸ ਤੋਂ ਬਾਅਦ ਤੁਸੀਂ ਡਰਾਓ 'ਤੇ ਕਲਿੱਕ ਕਰਨਾ। ਡਰਾਓ 'ਤੇ ਕਲਿੱਕ ਕਰਨ ਤੋਂ ਬਾਅਦ ਆਪਾਂ ਪੋਸਟਰ ਦੇ ਅਨੁਸਾਰ ਰੰਗ ਇੱਥੇ ਫਿੱਲ ਕਰਨੇ ਆ। ਸਭ ਤੋਂ ਪਹਿਲਾਂ ਆਪਾਂ ਇਸ ਡੱਬੇ ਨੂੰ ਫਿੱਲ ਕਰ ਲੈਣਾ। ਇਸ ਤੋਂ ਬਾਅਦ ਸਭ ਤੋਂ ਪਹਿਲਾਂ ਆਪਾਂ ਸੰਤਰੀ ਰੰਗ ਡੱਬੇ 'ਤੇ ਫਿੱਲ ਕਰਨਾ ਹੈ। ਇੱਦਾਂ ਤੁਸੀਂ ਵੱਡਾ ਆਕਾਰ ਕਰ ਲੈਣਾ ਇਸਦਾ, ਇਸਨੂੰ ਥੋੜ੍ਹਾ ਟੇਢਾ ਲਗਾ ਦੇਣਾ। ਇਸ ਤੋਂ ਬਾਅਦ ਬਲੂ ਕਲਰ, ਇਸਦਾ ਵੀ ਆਕਾਰ ਥੋੜ੍ਹਾ ਵੱਡਾ ਕਰ ਲੈਣਾ। ਇੱਦਾਂ ਤੁਸੀਂ ਇਸਨੂੰ ਟੇਢਾ ਕਰ ਦੇਣਾ ਅਤੇ ਜੋ ਡੱਬੇ ਦੇ ਆਕਾਰ ਰਹਿੰਦਾ ਉਸ ਤਰ੍ਹਾਂ ਤੁਸੀਂ ਲਗਾ ਸਕਦੇ ਹੋ। ਇਸ ਤਰ੍ਹਾਂ ਬੈਕਗਰਾਊਂਡ 'ਤੇ ਰੰਗ ਫਿੱਲ ਕਰਨ ਤੋਂ ਬਾਅਦ ਠਿੱਕ ਦੇ ਨਿਸ਼ਾਨ 'ਤੇ ਕਲਿੱਕ ਕਰ ਦੇਣਾ। ਇਸ ਤੋਂ ਬਾਅਦ ਸਟਿੱਕਰ 'ਤੇ ਕਲਿੱਕ ਕਰਨਾ ਅਤੇ ਜਾ ਕੇ ਤੁਸੀਂ ਸਰਚ ਕਰ, ਇਹਨਾਂ ਵਿੱਚ ਤੁਸੀਂ ਕੋਈ ਵੀ ਯੂਜ਼ ਕਰ ਸਕਦੇ ਹੋ। ਉਸ ਤੋਂ ਬਾਅਦ ਤੁਸੀਂ ਇਸ ਲਾਈਨ ਨੂੰ ਇੱਦਾਂ ਤੁਸੀਂ ਦੋ ਰੰਗਾਂ ਵਿਚਕਾਰ ਤੁਸੀਂ ਇੱਦਾਂ ਲਗਾ ਦੇਣਾ। ਇਸ ਤੋਂ ਬਾਅਦ ਠਿੱਕ ਦੇ ਨਿਸ਼ਾਨ 'ਤੇ ਕਲਿੱਕ ਕਰ ਦੇਣਾ। ਉਸ ਤੋਂ ਬਾਅਦ ਆਪਾਂ ਇੱਥੇ ਨਾਂ ਲਿਖਣਾ ਜਿੱਦਾਂ ਕਿ ਪੁਸ਼ਟ ਵਿੱਚ ਲਿਖਿਆ। ਟੈਕਸਟ 'ਤੇ ਜਾਣਾ, ਇੱਦਾਂ ਨਾਂ ਲਿਖਣ ਤੋਂ ਬਾਅਦ ਤੁਸੀਂ ਠਿੱਕ ਦੇ ਨਿਸ਼ਾਨ 'ਤੇ ਕਲਿੱਕ ਕਰ ਦੇਣਾ। ਬਾਅਦ ਤੁਸੀਂ ਸਟਿੱਕਰ 'ਤੇ ਜਾਣਾ ਅਤੇ ਉੱਥੇ ਤੁਸੀਂ ਸਰਚ ਕਰਨਾ ਪੇਪਰ, ਜਿਨ੍ਹਾਂ ਵਿੱਚ ਤੁਹਾਨੂੰ ਬਹੁਤ ਸਾਰੇ ਪੇਪਰ ਦਿਸਣਗੇ, ਅਤੇ ਇਸ ਤਰ੍ਹਾਂ ਦਾ ਪੇਪਰ ਤੁਸੀਂ ਲੈ ਲੈਣਾ ਜਿੱਦਾਂ ਕਿ ਮੈਂ ਇਸੇ ਯੂਜ਼ ਕੀਤਾ। ਇਸ ਤਰ੍ਹਾਂ ਦਾ ਪੇਪਰ ਨੂੰ ਆਪਾਂ ਯੂਜ਼ ਕਰਨਾ। ਇਸ ਤੋਂ ਬਾਅਦ ਇਸ ਦਾ ਕਲਰ ਬਲੈਕ ਐਂਡ ਵਾਈਟ ਕਰ ਲੈਣਾ। ਇਫੈਕਟ ਵਿੱਚ ਜਾ ਕੇ ਤਾਂ ਕਲਰ ਬਲੈਕ ਐਂਡ ਵਾਈਟ ਕਰਨ ਤੋਂ ਬਾਅਦ ਇਸ ਦਾ ਡੁਪਲੀਕੇਟ ਬਣਾ ਲੈਣਾ। ਤੁਸੀਂ ਇੱਦਾਂ ਇਸਦਾ ਇਸਨੂੰ ਪੋਸਟਰ ਨੂੰ ਦੇਖ ਕੇ ਇੱਦਾਂ ਤੁਸੀਂ ਲਗਾ ਲੈਣਾ। ਇਸਦਾ ਘਰ ਵੱਡਾ ਰੱਖਣਾ ਥੋੜ੍ਹਾ ਜਿਹਾ, ਇਸ ਅੱਖਰਾਂ 'ਤੇ ਆਉਣਾ ਚਾਹੀਦਾ ਘਰ, ਇੱਦਾਂ ਤੁਸੀਂ ਲਗਾ ਲੈਣਾ। ਇਸ ਤੋਂ ਬਾਅਦ ਆਪਾਂ ਇੱਥੇ ਫੋਟੋ ਐਡ ਕਰਾਂਗੇ। ਤਾਂ ਤੁਸੀਂ ਐਡ ਫੋਟੋ 'ਤੇ ਜਾਣਾ ਅਤੇ ਉਹ ਦੋ ਫੋਟੋ ਮੈਂ ਐਡ ਕਰ ਲੈਣੀਆਂ ਨੇ ਜੋ ਤੁਸੀਂ ਇੱਥੇ ਲਗਾਉਣਾ ਚਾਹੁੰਦੇ ਹੋ। ਜਿੱਦਾਂ ਕਿ ਆਪਾਂ ਫੋਟੋ ਐਡ ਕਰ ਲਈਏ ਅਤੇ ਇਹਨਾਂ ਨੂੰ ਪਹਿਲਾਂ ਤੁਸੀਂ ਬਲੈਕ ਐਂਡ ਵਾਈਟ ਕਰਕੇ ਰੱਖਣਾ ਅਤੇ ਕੱਟ ਆਊਟ ਕਰਕੇ ਰੱਖਣਾ। ਇਸ ਤਰ੍ਹਾਂ ਤੁਸੀਂ ਇੱਥੇ ਨੀਚੇ ਵਾਲੇ 'ਤੇ ਇੱਦਾਂ ਤੁਸੀਂ ਇਸਨੂੰ ਸੈੱਟ ਕਰ ਦੇਣਾ ਅਤੇ ਜੋ ਫਾਲਤੂ ਏਰੀਆ ਉਸਨੂੰ ਰੇਜ਼ਰ ਨਾਲ ਮਿਟਾ ਦੇਣਾ। ਜਿੱਦਾਂ ਕਿ ਹੱਥ ਬਾਹਰ ਆ ਰਿਹਾ, ਇਸ ਤਰ੍ਹਾਂ ਤੁਸੀਂ ਮਿਟਾ ਦੇਣਾ ਤਾਂ ਕਿ ਇਹ ਪੇਪਰ ਤੋਂ ਬਾਹਰ ਨਾ ਜਾਵੇ ਫੋਟੋ। ਇਸ ਤਰ੍ਹਾਂ ਤੁਸੀਂ ਠਿੱਕ ਦੇ ਨਿਸ਼ਾਨ 'ਤੇ ਕਲਿੱਕ ਕਰਨਾ, ਫਿਰ ਤੁਸੀਂ ਦੂਜੀ ਫੋਟੋ ਇਸ ਤਰ੍ਹਾਂ ਸੈੱਟ ਕਰ ਦੇਣਾ, ਇਹ ਵੀ ਕਾਗਜ਼ ਤੋਂ ਬਾਹਰ ਨਾ ਜਾਵੇ। ਇਸ ਤਰ੍ਹਾਂ ਰੇਜ਼ਰ 'ਤੇ ਜਾਣਾ, ਇਸਨੂੰ ਵੀ ਪੂਰਾ ਸੈੱਟ ਕਰ ਦੇਣਾ। ਇਸ ਤਰ੍ਹਾਂ ਠਿੱਕ ਦੇ ਨਿਸ਼ਾਨ 'ਤੇ ਕਲਿੱਕ ਕਰ ਦੇਣਾ। ਇਸ ਤੋਂ ਬਾਅਦ ਡਰਾਓ 'ਤੇ ਜਾਣਾ। ਡਰਾਓ 'ਤੇ ਆ ਜਾਣ ਤੋਂ ਬਾਅਦ ਤੁਸੀਂ ਇਸਦਾ ਕਲਰ ਬਲਿਊ ਕਰ ਲੈਣਾ। ਇਸ ਤੋਂ ਬਾਅਦ ਤੁਸੀਂ ਇਸ ਡੱਬੇ ਨੂੰ ਫਿੱਲ ਕਰ ਲੈਣਾ, ਇਸ ਦੀ ਓਪਾਸਿਟੀ ਥੋੜ੍ਹੀ ਘਟਾ ਦੇਣੀ ਹੈ। ਇਸ ਤਰ੍ਹਾਂ ਤੁਸੀਂ ਇਸਨੂੰ ਇੱਦਾਂ ਲਗਾ ਦੇਣਾ ਅਤੇ ਇਸਨੂੰ ਥੋੜ੍ਹਾ ਜਿਹਾ ਟੇਢਾ ਕਰ ਲੈਣਾ, ਤੁਸੀਂ ਆਪਣੇ ਅਨੁਸਾਰ ਰੱਖ ਸਕਦੇ ਹੋ। ਇਸ ਤੋਂ ਬਾਅਦ ਠਿੱਕ ਦੇ ਨਿਸ਼ਾਨ 'ਤੇ ਕਲਿੱਕ ਕਰ ਦੇਣਾ। ਇਸ ਤੋਂ ਬਾਅਦ ਟੈਕਸਟ 'ਤੇ ਜਾਣਾ, ਜਿੱਦਾਂ ਕਿ ਤੁਸੀਂ ਕੁਛ ਵੀ ਲਿਖ ਸਕਦੇ ਹੋ ਇੱਥੇ, ਜਿੱਦਾਂ ਕਿ ਆਪਾਂ ਚੈਨਲ ਦਾ ਨਾਂ ਹੀ ਲਿਖ ਦਿੰਦੇ ਹਾਂ। ਇਸ ਤੋਂ ਬਾਅਦ ਇਸਨੂੰ ਇੱਦਾਂ ਸੈੱਟ ਕਰ ਦੇਣਾ। ਤੁਸੀਂ ਅੱਖਰਾਂ ਦਾ ਆਕਾਰ ਵੀ ਤੁਸੀਂ ਬਦਲ ਸਕਦੇ ਹੋ, ਆਪਣੇ ਅਨੁਸਾਰ ਰੱਖ ਸਕਦੇ ਹੋ। ਇਸਨੂੰ ਵੀ ਇੱਦਾਂ ਟੇਢਾ, ਥੋੜ੍ਹਾ ਜਿਹਾ ਟੇਢਾ ਹੀ ਲਗਾ ਦੇਣਾ ਤਾਂ ਕਿ ਵਧੀਆ ਲੱਗੇ।
ਇੱਦਾਂ ਤੁਸੀਂ ਲਗਾ ਸਕਦੇ ਹੋ ਅਤੇ ਆਪਣਾ ਵੀ ਨਾਂ ਲਿਖ ਸਕਦੇ ਹੋ ਇੱਥੇ। ਇੱਦਾਂ ਦੇ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਅਤੇ ਮੈਨੂੰ ਇੰਸਟਾਗ੍ਰਾਮ 'ਤੇ ਤੁਸੀਂ ਫੋਲੋ ਕਰ ਸਕਦੇ ਹੋ, ਡਿਸਕ੍ਰਿਪਸ਼ਨ ਵਿੱਚ ਤੁਹਾਨੂੰ ਲਿੰਕ ਦਿੱਤਾ ਹੋਇਆ ਹੈ। ਅਤੇ ਵੀਡੀਓ ਦੇਖਣ ਲਈ ਧੰਨਵਾਦ।